ਇਤਿਹਾਸ ਭਰੇ ਪਏ ਨੇ, ਇਤਿਹਾਸ ਦੇ ਪੰਨੇ ਭਰੇ ਪਏ ਨੇ, ਪਰ 10 ਸਾਲ ਤੋਂ ਥੱਲੇ ਦੀ ਉਮਰ ਦੇ ਬੱਚਿਆਂ ਲਈ ਵੱਖਰੇ ਵੱਖਰੇ ਸੂਬਿਆਂ ਦੇ ਸੂਬੇਦਾਰ ਆਉਣ, ਕਚਹਿਰੀਆਂ ਲੱਗਣ, ਡਰਾਉਣ, ਧਮਕਾਉਣ, ਆਪਣੀ ਵਾਹ ਪੇਸ਼ ਲਾਉਣ, ਤੇ ਬੱਚੇ ਈਣੀ ਨਾ ਮੰਨਣ, ਇਹ ਪ੍ਰਮਾਣ ਦਿੰਦਾ ਆ ਵੀ ਉਹ ਫਰਜੰਦ ਕਿਹਦੇ ਸਨ, ਇਹ ਹੀ ਪ੍ਰਮਾਣ ਆ ਕਿ ਉਹ ਫਰਜੰਦ ਕਿਹਦੇ ਸਨ। ਇਤਿਹਾਸ 'ਚ ਤੁਸੀਂ ਮੁਲਾਂਕਣ ਕਰਕੇ ਵੇਖ ਲਓ, ਇਤਿਹਾਸ 'ਚ ਤੁਹਾਨੂੰ ਇਸ ਤਰ੍ਹਾਂ ਦੇ ਕਿਰਦਾਰ ਨਹੀਂ ਲੱਭਣੇ। ਇੱਕ ਪਾਸੇ ਖੜੇ ਜੇ ਬਖਤ ਦੇ ਹੁਕਮਰਾਂ, ਉਹ ਸਾਵੇਂ ਲਾਲਾ ਛੋਟਿਆਂ ਦੀ ਜੋੜੀ ਖੜੀ ਏ, ਉਹ ਲਿਖੇ ਇਤਿਹਾਸ ਪਏ ਨੇ ਨਾਲ ਕੁਰਬਾਨੀਆਂ ਦੇ, ਐਸੀ ਕੋਈ ਸ਼ਹਾਦਤ ਸੁਣੀ ਨਾ ਪੜੀਏ, ਲਿਖੇ ਇਤਿਹਾਸ ਪਏ ਨੇ ਨਾਲ ਕੁਰਬਾਨੀਆਂ ਦੇ, ਐਸੀ ਕੋਈ ਸ਼ਹਾਦਤ ਸੁਣੀ ਨਾ ਪੜੀਏ, ਸੱਤ ਤੇ 9 ਸਾਲ ਦੀ ਉਮਰ ਵੀ ਕੀ ਹੁੰਦੀ ਏ, ਪਤਾ ਵੀ ਏ ਜ਼ਾਲਮਾਂ ਵਿਉਂਤ ਜਿਹੜੀ ਗੁੰਦੀ ਏ, ਕੱਲੇ ਨੇ ਕਚਹਿਰੀ ਦਿਸੇ ਆਪਣਾ ਨਾ ਕੋਈ, ਕੱਲੇ ਨੇ ਕਚਹਿਰੀ ਦਿਸੇ ਆਪਣਾ ਨਾ ਕੋਈ, ਤਾਵੀਂ ਅੱਖ ਵਿੱਚ ਅੱਖ ਪਾ ਕੇ ਕੀਤੀ ਗੱਲ ਖਰੀ ਏ, ਪਰ ਇਤਿਹਾਸ ਪੈਨੇ ਨਾਲ ਕੁਰਬਾਨੀਆਂ ਦੇ, ਐਸੀ ਕੋਈ ਸ਼ਹਾਦਤ ਸੁਣੀ ਨਾ ਪੜੀਏ, ਮੁਕਰੇ ਕਈ ਸਾਵਾਂ ਖਾ ਕੇ ਕਈਆਂ ਨੇ ਧੋਖਾ ਖੱਟਿਆ, ਖੌਰੇ ਕਿਵੇਂ ਬੁਰਜ ਠੰਡੇ ਚ ਸਮਾਂ ਕੱਟਿਆ, ਬਿਨਾਂ ਕਿਸੇ ਖਤਾ ਤੋਂ ਕਚਹਿਰੀਆਂ ਦੇ ਗੇੜੇ, ਕਸੂਰ ਹੀ ਕੋਈ ਨਹੀਂ, ਬਿਨਾਂ ਕਿਸੇ ਖਤਾ ਤੋਂ ਕਚਹਿਰੀਆਂ ਦੇ ਗੇੜੇ, ਬਸ ਇਨ ਮਨਵਾਉਣੀ ਜਿੱਦ ਬਾਦਸ਼ਾਹ ਫੜੀਏ, ਪਰ ਇਤਿਹਾਸ ਪੈਨੇ ਨਾਲ ਕੁਰਬਾਨੀਆਂ ਦੇ, ਐਸੀ ਕੋਈ ਸ਼ਹਾਦਤ ਸੁਣੀ ਨਾ ਪੜੀਏ, ਧਰਮ ਤੇ ਸਿਦਕ ਲਾਲਾ ਸੀ ਕੈਮ ਰੱਖਿਆ, ਉਹ ਘਰ ਵੀ ਕੀ ਸਕਦਾ ਸੀ ਸੂਬਾ ਪਿਆ ਅਕਿਆ, ਉਹ ਘਰ ਵੀ ਕੀ ਸਕਦਾ ਸੀ ਸੂਬਾ ਪਿਆ ਅਕਿਆ,
ਝੰਜੀਆਂ ਕਲਾਵੇ ਫਿਰ ਸ਼ਰਮ ਦੇ ਮਾਰੇ ਨੇ ਹੀਰਿਆਂ ਦੀ ਜੋੜੀ ਅੰਤ ਨੀਆਂ ਚ ਜੜੀਏ ਪਰ ਇਤਿਹਾਸ ਪਏ ਨੇ ਨਾਲ ਕੁਰਬਾਨੀਆਂ ਦੇ ਐਸੀ ਕੋਈ ਸ਼ਹਾਦਤ ਸੁਣੀ ਨਾ ਪੜੀਏ।